ਸੰਨੀ ਸ਼ਰਮਾ ਰੋਜ਼ਾਨਾ ਆਉਂਦੇ ਤੇ ਮੇਰੇ ਖਾਸ ਤੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਲਗਾਤਾਰ ਅਸੀਂ ਤੁਹਾਨੂੰ ਕੁਛ ਨਾ ਕੁਛ ਨਵਾਂ ਦਿਖਾਉਂਦੇ ਰਹਿੰਦੇ ਆਪਣੇ ਚੈਨਲ 'ਤੇ। ਅੱਜ ਸਾਡੇ ਵਿਸ਼ੇਸ਼ ਮਹਿਮਾਨ ਮਨਜੀਤ ਸਿੰਘ ਜੀ, ਸਪਾ ਪ੍ਰਧਾਨ ਜਿਹੜੇ ਹੈਗੇ ਆ ਜਲੰਧਰ ਦੇ, ਅਸੀਂ ਉਹਨਾਂ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਅਤੇ ਜਿਹੜੇ ਕਿ ਉਹਨਾਂ ਨੇ ਐਮ ਪੀ ਦਾ ਚੋਣ ਵੀ ਲੜੇ ਇਸ ਸਾਲ 'ਤੇ, ਅੱਜ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ, ਉਹਨਾਂ ਦੀ ਜ਼ਿੰਦਗੀ ਬਾਰੇ ਵੀ ਜਾਣਕਾਰੀ ਦੇਵਾਂਗੇ। ਤਾਂ ਆਓ ਅਸੀਂ ਮਿਲਾਉਂਦੇ ਤੁਹਾਨੂੰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਮੈਂ ਬੂਬੂ ਧਰਮਾ ਬੋਲਦਾ ਹਾਂ। ਸਰ, ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਨੂੰ ਤੁਹਾਡਾ ਸਵਾਗਤ ਹੈ ਸਰ। ਸਵਾਗਤ ਜੀ ਤੁਹਾਡਾ ਮੈਂ ਕਰਦਾ ਹਾਂ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਸਰ, ਇੱਕ ਸਭ ਤੋਂ ਪਹਿਲਾਂ ਤਾਂ ਅਸੀਂ ਫਸਟ ਟਾਈਮ ਅਸੀਂ ਮਿਲਦੇ ਹਾਂ, ਅਸੀਂ ਕਈ ਵਾਰੀ ਤੁਹਾਨੂੰ ਮਿਲ ਵੀ ਚੁੱਕੇ ਹਾਂ, ਬਟ ਅਸੀਂ ਜ਼ਿੰਦਗੀ ਤੁਹਾਡੇ ਕੁਛ ਗੱਲਾਂ ਪੁੱਛਣਾ ਚਾਹੁੰਦੇ ਹਾਂ। ਸਰ, ਸਾਨੂੰ ਜ਼ਿਆਦਾ ਜ਼ੋਰ ਦੇ। ਬਿਲਕੁਲ ਸਰ, ਬਿਲਕੁਲ। ਸਤਿ ਸ਼੍ਰੀ ਅਕਾਲ, ਮੈਂ ਮਨਜੀਤ ਸਿੰਘ, ਸਮਾਜਵਾਦੀ ਪਾਰਟੀ ਜਲੰਧਰ ਤੋਂ। ਹਾਲ ਹੀ ਵਿੱਚ ਮੈਂ ਪਿੱਛੇ ਦਿੱਲੀ ਜੋੜਾਂ ਦਾ ਇਲੈਕਸ਼ਨ ਲੜ ਚੁੱਕਿਆ ਜੀ, ਅਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ ਸਰ। ਸਰ, ਸਭ ਤੋਂ ਪਹਿਲਾਂ ਤੁਹਾਨੂੰ ਪੁੱਛਣਾ ਚਾਹਾਂਗੇ ਕਿ ਜਦੋਂ ਤੁਸੀਂ ਦਿੱਲੀ ਚੋਣ ਲੜੇ ਸੀਗਾ ਫਸਟ ਟਾਈਮ, ਤੁਹਾਨੂੰ ਕਿੱਦਾਂ ਦਾ ਲੱਗਿਆ? ਸਰ, ਬਹੁਤ ਵਧੀਆ ਲੱਗਿਆ ਜੀ। ਮੈਂ ਹਰ ਸਮੇਂ ਦੀ ਘਾਟ ਕਰਕੇ ਮੈਂ ਜਿਸ ਤੱਕ ਜਾਇਆ ਗਿਆ, ਉਹਦਾ ਜਿੰਨਾ ਵੀ ਟਾਈਮ ਲੱਗਿਆ, ਮੈਂ ਹਰ ਘਰ ਗਿਆ, ਹਰ ਇਲਾਕੇ ਗਿਆ, ਜਲੰਧਰ ਹਰ ਕੋਨੇ ਤੱਕ ਗਿਆ, ਅਤੇ ਜਿੰਨਾ ਵੀ ਪਬਲਿਕ ਨੂੰ ਡੀਲ ਕੀਤਾ, ਮੈਨੂੰ ਬਹੁਤ ਵਧੀਆ ਲੱਗਿਆ। ਹਰ ਇੱਕ ਦਾ ਬਹੁਤ ਸਾਰਾ ਮਾਣ ਸਤਿਕਾਰ ਪਿਆਰ ਮਿਲਿਆ, ਅਤੇ ਸਮੇਂ ਦੀ ਘਾਟ ਕਰਕੇ ਕੁਝ ਕਮੀਆਂ ਰਹੀਆਂ ਸੀ, ਉਹਨਾਂ ਨੂੰ ਆਪਾਂ ਆਨਲਾਈਨ ਟਾਈਮ ਦੀ ਜ਼ਰੂਰ ਪੂਰਾ ਕਰਾਂਗੇ। ਸਰ, ਹੁਣ ਜਿਸ ਤਰ੍ਹਾਂ ਉਹ ਦੇਖ ਰਹੇ ਕੌਂਸਲਰ ਦਾ ਚੋਣ ਵੀ ਆਉਂਦਾ ਹੈ, ਸਰ ਤੁਹਾਡੇ ਵੱਲੋਂ ਕੁਛ ਤਿਆਰੀਆਂ ਇਸ ਵੇਲੇ ਕੁਛ ਐਕਟੀਵੇਟ ਕਰ ਰਹੇ ਤੁਸੀਂ ਸਰ, ਜਾਂ ਇਹ ਕਰਨ ਦੀ ਤਿਆਰੀ 'ਚ? ਬਿਲਕੁਲ ਸਰ, ਤਿਆਰੀ ਕਰੀ ਉਹਨਾਂ ਨੇ ਡੇਲੀ, ਸਾਡੀ 3 ਤੋਂ 4 ਘੰਟੇ ਲਗਾਤਾਰ ਮੀਟਿੰਗ ਹੁਣ ਚੱਲ ਰਹੀ ਹੈ। ਅਸੀਂ ਜਿਹੜੇ ਸਾਲ ਪਿਛਲੇ ਆਪਾਂ ਹਰ ਵਾਰਡ ਜਵਾਬ 85 ਵਾਰਡ ਵਿੱਚ ਹੀ ਆਪਣੇ ਹਰ ਵਾਰਡ ਜਵਾਬ ਨਾਲ ਨੁਮਾਇੰਦਾ ਖੜਾ ਕਰਾਂਗੇ, ਤਗੜੇ ਪੱਧਰ 'ਤੇ ਕਰਾਂਗੇ, ਪੂਰੇ ਜ਼ੋਰ ਨਾਲ ਆਪਾਂ ਜ਼ੋਰ ਲਗਾ ਕੇ ਆਪਾਂ ਹਰ ਵਾਰਡ ਦੇ ਆਪਾਂ ਜਿੱਤ ਹਾਸਲ ਕਰਾਂਗੇ, ਮੇਰਾ ਪੂਰਾ ਵਿਸ਼ਵਾਸ ਹੈ। ਸਰ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹੋਏ ਕਿ ਕੁਛ ਨਾਮੀ ਪਾਰਟੀ ਵੀ ਕਾਫੀ ਇਸ ਵੇਲੇ ਐਕਟੀਵੇਟ ਨੇ, ਸਰ ਤੁਹਾਨੂੰ ਕਿੱਦਾਂ ਲੱਗਦਾ ਕਿ ਅਸੀਂ ਵੀ ਉਸ ਨਾਲ ਮੁਕਾਬਲਾ ਕਰਨ 'ਤੇ ਵੀ ਤੁਹਾਨੂੰ ਲੱਗਦਾ ਹੋਣਾ ਕਿ ਯਾਰ ਮੈਂ ਕਿੱਦਾਂ ਮੁਕਾਬਲਾ ਕਰ ਸਕਦਾ? ਯਾਰ, ਇਹ ਜ਼ਰੂਰ ਨਾਮੀ ਨੇ, ਪਰ ਉਹਨਾਂ ਦੇ ਕੰਮ ਹੀ ਉਹ ਨਾਮੀ ਨੇ ਹੈਗੇ, ਕੰਮ ਤੋਂ ਬਹੁਤ ਪਿੱਛੇ ਨੇ, ਇਸ ਲਈ ਸਾਰੇ ਲੋਕ ਜਨਤਾ ਸਾਰੀ ਜਲੰਧਰ ਦੀ ਹੈਗੀ, ਸਾਰੀ ਹਾਕੀ ਦੀ ਨਾਮੀ ਪਾਰਟੀ ਬਣੀ, ਉਹ ਚਾਹੁੰਦੀ ਹੈ ਕਿ ਕੋਈ ਨਵੀਂ ਪਾਰਟੀ ਆਵੇ, ਕੋਈ ਨਵਾਂ ਚਿਹਰਾ ਤੁਹਾਨੂੰ ਦੇਖੇ, ਹਰ ਵਾਰ ਤੋਂ ਆਪਣਾ ਯੰਗ ਸਰਦੀ ਕੀ ਦੌੜ ਭੱਜ ਕਰਨ ਵਾਲਾ ਬੰਦਾ ਹੋਵੇ, ਪੁਰਾਣੇ ਬੰਦੇ ਨੂੰ ਸਾਰੇ ਅੱਗੇ ਦੇਣੇ। ਮੈਂ ਇਸ ਵਾਰ ਕੋਸ਼ਿਸ਼ ਕਰ ਰਿਹਾ ਕਿ ਹਰ ਜੰਗ ਬੰਦਾ ਹਰ ਵਾਰ ਖਿਲਾਉਣ ਦੀ ਕੋਸ਼ਿਸ਼ ਕਰੀ, ਅਤੇ ਕੋਸ਼ਿਸ਼ ਪੜ੍ਹੇ ਲਿਖਿਆ ਨੌਜਵਾਨ ਬੰਦਾ ਨੂੰ ਖਿਲਾ ਰਿਹਾ ਹਰ ਵਾਰ ਵਿੱਚ, ਅਤੇ ਜਿਹੜਾ ਦੌੜ ਭੱਜ ਕੇ ਕੰਮ ਕਰਨ ਵਾਲਾ ਹੋਵੇ, ਅਤੇ ਲੋਕ ਉਹ ਚੀਜ਼ ਪਸੰਦ ਕਰਨਗੇ, ਅਤੇ ਪਹਿਲ ਦੇ ਆਧਾਰ 'ਤੇ ਸਾਨੂੰ ਇਹ ਜ਼ਰੂਰ ਨਾਮੀ ਨੇ, ਪਰ ਉਹਨਾਂ ਦੇ ਕੰਮ ਹੀ ਉਹ ਨਾਮੀ ਨੇ ਹੈਗੇ, ਕੰਮ ਤੋਂ ਬਹੁਤ ਪਿੱਛੇ ਨੇ, ਇਸ ਲਈ ਸਾਰੇ ਲੋਕ ਜਨਤਾ ਸਾਰੀ ਜਲੰਧਰ ਦੀ ਹੈਗੀ, ਸਾਰੇ ਹਾਕੀ ਦੀ ਨਾਮੀ ਪਾਰਟੀ ਬਣੀ, ਉਹ ਚਾਹੁੰਦੀ ਹੈ ਕਿ ਕੋਈ ਨਵੀਂ ਪਾਰਟੀ ਆਵੇ, ਕੋਈ ਨਵਾਂ ਚਿਹਰਾ ਤੁਹਾਨੂੰ ਦੇਖੇ, ਹਰ ਵਾਰ ਤੋਂ ਆਪਣਾ ਯੰਗ ਸਰਦੀ ਕੀ ਦੌੜ ਭੱਜ ਕਰਨ ਵਾਲਾ ਬੰਦਾ ਹੋਵੇ, ਪੁਰਾਣੇ ਬੰਦੇ ਨੂੰ ਸਾਰੇ ਅੱਗੇ ਦੇਣੇ। ਮੈਂ ਇਸ ਵਾਰ ਕੋਸ਼ਿਸ਼ ਕਰ ਰਿਹਾ ਕਿ ਹਰ ਜੰਗ ਬੰਦਾ ਹਰ ਵਾਰ ਖਿਲਾਉਣ ਦੀ ਕੋਸ਼ਿਸ਼ ਕਰੀ, ਅਤੇ ਕੋਸ਼ਿਸ਼ ਪੜ੍ਹੇ ਲਿਖਿਆ ਨੌਜਵਾਨ ਬੰਦਾ ਨੂੰ ਖਿਲਾ ਰਿਹਾ ਹਰ ਵਾਰ ਵਿੱਚ, ਅਤੇ ਜਿਹੜਾ ਦੌੜ ਭੱਜ ਕੇ ਕੰਮ ਕਰਨ ਵਾਲਾ ਹੋਵੇ, ਅਤੇ ਲੋਕ ਉਹ ਚੀਜ਼ ਪਸੰਦ ਕਰਨਗੇ, ਅਤੇ ਪਹਿਲ ਦੇ ਆਧਾਰ 'ਤੇ ਸਾਨੂੰ ਦੇਖ ਰਹੇ ਕਿ ਅਸੀਂ ਕਾਫੀ ਸੁਧਾਰ ਜੋ ਹੋ ਰਹੀ ਹੈ, ਸਰ ਤੁਹਾਡੇ ਵੱਲੋਂ ਕੋਈ ਪਲਾਨ ਕੀਤਾ ਗਿਆ ਕਿ ਕੁਛ ਲੋਕਾਂ ਲਈ ਵੀ ਤੁਸੀਂ ਕੀ ਉਹਨਾਂ ਨੂੰ ਕਰਕੇ ਦਿਖਾਉਣਾ ਚਾਹੁੰਦੇ ਸਰ, ਕਿ ਤੁਹਾਨੂੰ ਕੀ ਲੱਗਦਾ ਤੁਸੀਂ ਕਿਹੜੀ ਕਿਹੜੀਆਂ ਸਮੱਸਿਆ ਨੂੰ ਦੂਰ ਕਰੋਗੇ? ਬਿਲਕੁਲ ਜੀ, ਸਾਡੇ ਆਪਣੇ ਇਲਾਕੇ ਵਿੱਚ ਬਹੁਤ ਸਾਰੀ ਸਮੱਸਿਆ ਨੇ, ਜਿਵੇਂ ਕਿ ਆਪਾਂ ਰੋਜ਼ਾਨਾ ਆਪਾਂ ਲਾਈਵ ਹੁੰਦੇ ਹਾਂ ਆਪਣੇ ਮੋਬਾਈਲ ਨੂੰ, ਪਾਣੀ ਦੀ ਬਹੁਤ ਵੱਡੀ ਸਮੱਸਿਆ ਬਣੀ ਸੀ ਪਿੱਛੇ ਜੀ। ਪਾਣੀ ਕਿਸ ਤਰ੍ਹਾਂ ਸਰ, ਸੀਵਰੇਜ ਸਮੱਸਿਆ ਜਾਂ ਕਿਸ ਤਰ੍ਹਾਂ ਜੀ? ਪਾਣੀ ਪੀਣ ਵਾਲੀ ਸਮੱਸਿਆ, ਪਾਣੀ ਦਾ ਪੀਣ ਵਾਲੀ ਸਮੱਸਿਆ ਬਹੁਤ ਸੀ, ਸੀਵਰੇਜ ਦਾ ਪਾਣੀ ਨਾ ਮਿਕਸ ਹੁੰਦਾ ਸੀ ਵਿੱਚ, ਬੋਲ ਸੀਗਾ ਬੋਲ ਬਹਿ ਗਿਆ, ਹੁਣ ਉਹ ਏਰੀਆ ਦਾ ਏਰੀਆ ਲੋਕੇਸ਼ਨ ਦੱਸੋ ਕਿੱਥੇ ਜਾਈ? ਇਹਦਾ 36 ਨੰਬਰ ਵਾਰਡ ਆਪਣੀ ਓਲਡ ਨਵੀਂ ਮੇਗਾ 44 ਬਣੀ ਹੋਣੀ। ਅੱਛਾ ਜੀ, ਤੇ ਉਹਦੇ ਵਿੱਚ ਹਲੇ ਵੀ ਗੰਭੀਰ ਸਮੱਸਿਆ ਬਣੀ, ਤੁਹਾਨੂੰ ਮੈਂ ਲੈ ਕੇ ਜਾਵਾਂ ਗਲੀਆਂ ਵਿੱਚ, ਸੀਵਰ ਦੇ ਪਾਣੀ ਓਵਰਫਲੋ ਹੋਏ ਪਏ ਨੇ। ਅੱਛਾ ਜੀ, ਤੇ ਬਰਸਾਤ ਪਿੱਛੇ ਪਈ ਹੈ, ਬਹੁਤ ਲੋਕ ਪਰੇਸ਼ਾਨ ਨੇ, ਮੱਛਰ ਬਿਮਾਰੀਆਂ ਇੰਨਾ ਕੁ ਸਿਰ 'ਤੇ ਚੜੀ ਪਈ ਨਾ, ਬਹੁਤ ਲੋਕਾਂ ਦਾ ਜੀਣਾ ਮੁਸ਼ਕਿਲ ਹੋਏਗਾ, ਪੀਣ ਵਾਲੇ ਪਾਣੀ ਵੀ ਜਿਹਨਾਂ ਨੂੰ ਮਿਲ ਰਿਹਾ ਅਤੇ ਹਵਾ ਨਹੀਂ ਮਿਲ ਰਹੀ ਤਾਜ਼ੀ, ਬਹੁਤ ਪਰੇਸ਼ਾਨ ਹੋਏ ਪਏ ਨੇ। ਸਰ, ਜੇ ਗੱਲ ਕਰੀਏ ਜਿਸ ਤਰ੍ਹਾਂ ਹੁਣ ਲਗਾਤਾਰ ਇਸ ਵੇਲੇ ਚੋਣਾਂ ਦਾ ਦੌਰ ਹੈ, ਕਾਫੀ ਪਾਰਟੀ ਐਕਟੀਵੇਟ ਹੈ, ਸਰ ਤੁਹਾਡੇ ਜਿਹੜੇ ਨੁਮਾਇੰਦੇ ਆ, ਕਿੰਨੇ ਕੁ ਤੁਹਾਨੂੰ ਕੀ ਲੱਗਦਾ ਕਿ ਹਰ ਵਾਰ 'ਚ ਤੁਸੀਂ ਆਪਣੇ ਜਿਹੜੇ ਕੈਂਡੀਡੇਟ ਖੜਾ ਕਰ ਸਕਦੇ ਹੋ? ਬਿਲਕੁਲ ਜੀ, ਹਰ ਵਾਰ ਤੋਂ ਸਾਨੂੰ ਜੁਆਇਨਿੰਗ ਆ ਰਹੀ, ਸਾਨੂੰ ਜਿੱਦਾਂ ਕਿ ਮੈਂ ਇਲੈਕਸ਼ਨ ਲੜੇ ਨੇ, ਮੇਰਾ ਨੰਬਰ ਹਰ ਪਾਸੇ ਗਿਆ, ਮੈਨੂੰ ਰੋਜ਼ਾਨਾ ਕਰੀਬ 50 ਦੇ ਕਰੀਬ ਫੋਨ ਆਉਂਦੇ ਨੇ ਪਾਰਟੀ ਜੁਆਇਨ ਵਾਸਤੇ, ਮੈਂ ਕਰੀਬ 25 ਤੋਂ 30 ਬੰਦੇ ਆ ਹਰ ਰੋਜ਼ਾਨਾ ਮੈਂਬਰਸ਼ਿਪ ਤੌਰ 'ਤੇ ਪਾਰਟੀ ਵਿੱਚ ਜੁਆਇਨ ਕਰਾ ਰਿਹਾ ਵਾਂ, ਅਤੇ ਪਾਰਟੀ ਵੱਡੇ ਪੱਧਰ 'ਤੇ ਆਪਣਾ ਕੰਮ ਕਰਨ ਜਾ ਰਹੀ ਹੈ, ਅਤੇ ਵੱਡੇ ਪੱਧਰ ਨਾਲ ਆਪਾਂ ਇਲੈਕਸ਼ਨ ਲੜਾਂਗੇ ਅਤੇ ਵੱਡੀ ਜਿੱਤ ਤੋਂ ਹਾਸਲ ਕਰਾਂਗੇ, ਕਾਰਪੋਰੇਸ਼ਨ ਇਲੈਕਸ਼ਨਾਂ 'ਚ ਪੂਰੇ ਜ਼ੋਰ ਨਾਲ ਆਪਾਂ ਫਿਰ ਤੋਂ ਆਪਾਂ ਪਾਰਟੀ ਦੀ ਜੜ੍ਹਾਂ ਨਾਲ ਜੜ੍ਹ ਤੋਂ ਮਜ਼ਬੂਤ ਕਰਾਂਗੇ। ਸਰ, ਜੇ ਇਸ ਵੇਲੇ ਹੁਣ ਤੁਹਾਡੇ ਲਾਈਫ ਦੇ ਬਾਰੇ ਕੁਛ ਗੱਲਾਂ ਪੁੱਛਣਾ ਚਾਹੁੰਦੇ ਹਾਂ,
ਇਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ ਸਰ? ਸਰ ਮੈਂ ਦੇਖੋ ਆਮ ਵਰਗ ਵਿੱਚ ਮਜ਼ਦੂਰੀ ਕਰਦਾ, ਮੈਂ ਫੈਕਟਰੀ ਵਿੱਚ ਕੰਮ ਵੀ ਕੀਤਾ, ਕੰਮ ਵੀ ਕਰਦਾ ਵੀ ਹਾਂ, ਮੈਂ ਆਪਣੀ ਮਿਹਨਤ ਨਹੀਂ ਛੱਡੀ, ਕਰਦਾ ਹਾਲੇ ਵੀ ਕਰਦਾ। ਇਲੈਕਸ਼ਨਾਂ ਦੇ ਦੌਰਾਨ ਵੀ ਮੈਂ ਚਲੋ 15 ਛੁੱਟੀਆਂ ਲਈਆਂ ਸੀਗੀਆਂ, ਹੁਣ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਫਿਰ ਮੈਂ ਮਜ਼ਦੂਰੀ ਮਿਹਨਤ ਕਰਦਾ। ਮੇਰੇ ਪਰਿਵਾਰ ਵਿੱਚ ਮੇਰੇ ਮਾਤਾ ਜੀ ਨੇ, ਮੇਰੇ ਫਾਦਰ ਜੀ ਨੂੰ ਐਕਸਪਾਇਰ ਹੋਇਆ ਕਰੀਬ 26-27 ਸਾਲ ਹੋ ਗਏ ਮੇਰਾ ਬਚਪਨ। ਮੇਰਾ ਬ੍ਰਦਰ ਇੱਕ ਬਾਹਰ ਇੱਕ ਮੇਰੇ ਨਾਲ ਹੀ ਕਰਦਾ ਕੰਮ, ਅਤੇ ਮੇਰੀ ਫੈਮਿਲੀ 'ਚ ਮੇਰੇ ਦੋ ਬੱਚੇ ਨੇ, ਮੇਰੀ ਵਾਈਫ ਨੇ ਅਤੇ ਮੇਰੀ ਮਾਤਾ ਨੇ। ਆਪਾਂ ਬਹੁਤ ਵਧੀਆ ਖੁਸ਼ਹਾਲ ਜ਼ਿੰਦਗੀ ਜਿੰਦੇ ਹਾਂ, ਮਿਹਨਤ ਵੀ ਕਰਕੇ ਖਾਂਦੇ ਹਾਂ। ਸਰ ਆਪਾਂ ਗੱਲ ਕਰੀਏ ਸਰ ਰਾਜਨੀਤੀ ਬਾਰੇ, ਸਰ ਤੁਹਾਨੂੰ ਕੋਈ ਐਕਸਪੀਰੀਅੰਸ ਜਾਂ ਤਜਰਬਾ ਆਪਾਂ ਕਹਿੰਦੇ ਹਾਂ? ਸਰ ਮੈਨੂੰ ਬਹੁਤਾ ਜੋ ਤਜਰਬਾ ਨਹੀਂ ਪਤਾ ਗਿਆ ਸੀ ਕਿ ਮੈਨੂੰ ਪਾਰਟੀ ਦਾ ਜੁੜਿਆ ਕਰੀਬ 2-2.5 ਸਾਲ ਹੋ ਗਏ ਅਤੇ ਮੈਂ ਇੱਕੋ ਪਾਰਟੀ 'ਚ ਰਿਹਾ। ਮੇਰਾ ਵੀ ਜਿਵੇਂ ਕਿ ਮੈਂ ਪਾਰਟੀ ਬਦਲਾਂਗੀ, ਪਾਰਟੀ ਦੇਖਾਂ ਕਿਹੜੀ ਪਾਰਟੀ ਸੱਤਾ 'ਚ, ਮੈਂ ਬਦਲ ਕੇ ਉੱਧਰ ਜਾਵਾਂ, ਇੱਦਾਂ ਨਹੀਂ। ਜਿਹੜੀ ਪਾਰਟੀ ਨਾਲ ਜੁੜ ਗਏ ਉਹ ਪਾਰਟੀ ਲਈ ਮਿਹਨਤ ਕਰਾਂਗੇ, ਉਸ ਪਾਰਟੀ ਨੂੰ ਅੱਗੇ ਲਿਆਵਾਂਗੇ ਪੂਰੇ ਮਿਹਨਤ ਨਾਲ, ਉਹ ਵੀ ਪਾਰਟੀ ਪਿੱਛੇ ਲਾਵਾਂਗੇ ਅਤੇ ਮਗਰ। ਸਰ ਆਖਰੀ ਸਵਾਲ ਸਾਡੇ ਲਈ ਸਰ, ਤੁਸੀਂ ਸਾਡੇ ਇਲਾਕਾ ਵਾਸੀ ਨੂੰ ਕੁਛ ਕਹਿਣਾ ਚਾਹੋਗੇ ਜਿਸ ਇਲਾਕੇ ਦੇ ਵਿੱਚ ਤੁਸੀਂ ਚੋਣਾਂ ਲੜੋਗੇ ਜਾਂ ਵੱਖ ਵੱਖ 84 ਜਿੰਨੇ ਵੀ ਵਾਰਡ ਬਣੇ ਆ, ਇਸ ਵਾਰਡ ਬਣੇ ਇਲਾਕੇ ਵਾਸੀ ਲਈ ਤੁਹਾਡਾ ਕੀ ਅਪੀਲ ਹੈ ਸਰ? ਮੈਂ ਸਰ ਇਲਾਕਾ ਵਾਸੀ ਨੂੰ ਜਲੰਧਰ ਸ਼ਹਿਰ ਦੇ 85 ਵਾਰਡ ਵਾਲਿਆਂ ਨੂੰ ਅਪੀਲ ਕਰਦਾ ਹਾਂ, ਇੱਕ ਵਾਰ ਸਾਡੀ ਸਮਾਜਵਾਦੀ ਪਾਰਟੀ ਨੂੰ ਮੌਕਾ ਦਿਓ, ਤੁਹਾਡੇ ਅੱਗੇ ਮੈਂ ਉਹੋ ਜਿਹੇ ਕੈਂਡੀਡੇਟ ਖੜ੍ਹਾ ਕਰਾਂਗਾ ਜੋ ਦੌੜ ਭੱਜ ਕਰਕੇ ਤੁਹਾਡੇ ਘਰ ਤੋਂ ਲੈ ਕੇ ਤੁਹਾਡੇ ਸਮਾਜਿਕ ਤੌਰ 'ਤੇ ਹਰ ਤਰ੍ਹਾਂ ਦੀ ਮਦਦ ਕਰਨਗੇ ਬੰਦੇ। ਇੱਕ ਵਾਰ ਸਮਾਜਵਾਦੀ ਪਾਰਟੀ ਨੂੰ ਮੌਕਾ ਦਿਓ, ਯੁਵਾ ਬੰਦੇ ਲਿਆਵਾਂਗਾ, ਪੜ੍ਹੇ ਲਿਖੇ ਲਿਆਵਾਂਗਾ, ਦੌੜ ਭੱਜ ਕਰਨ ਵਾਲੇ ਲਿਆਵਾਂਗਾ, ਨਾ ਕਿ ਸੈਰ ਸੈਰ ਕਰਕੇ ਅਤੇ ਸ਼ਾਮ ਨੂੰ ਪੂਰਾ ਦਿਨ ਸੁੱਤੇ ਸੌਣ ਵਾਲੇ ਬੰਦੇ ਉਹੋ ਜਿਹੇ ਬੰਦੇ ਨਹੀਂ ਹੋਣਗੇ, ਦੌੜ ਭੱਜ ਕਰਕੇ ਕੰਮ ਕਰਨ ਵਾਲੇ ਬੰਦੇ ਹੋਣਗੇ ਅਤੇ ਆਪਣੀ ਇਮਾਨਦਾਰੀ ਨਾਲ ਕੰਮ ਕਰਨਗੇ ਜੀ। ਇਹ ਸਨ ਮਨਜੀਤ ਸਿੰਘ ਜੀ, ਜਿਨ੍ਹਾਂ ਨੇ ਲਗਾਤਾਰ ਆਪਣੇ ਸੱਪਾ ਜਿਹੜੇ ਵੀ ਆਪਣੇ ਸਮਾਜਵਾਦੀ ਪਾਰਟੀ ਨਾਲ ਜੁੜੇ ਹੋਏ ਆ, ਅਤੇ ਅਸੀਂ ਇਸੇ ਤਰ੍ਹਾਂ ਇਹਨਾਂ ਨਾਲ ਹੋਰ ਵੀ ਵੱਖ ਵੱਖ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਸਭ ਦਿਓ ਯਾਰ, ਮੈਂ ਸੰਜੇ ਸ਼ਰਮਾ ਰੋਹੀ ਜੀ ਦੇ ਨਾਲ, ਧੰਨਵਾਦ।